ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਚੈਨਲ ਤੇ। ਮੈਂ ਤੁਹਾਡੇ ਆਪਣੀ ਕੁਲਦੀਪ ਕੌਰ। ਸੋ ਅੱਜ ਆਪਾਂ ਵੀਡੀਓਜ਼ ਲੈ ਕੇ ਆਏ ਆ ਸਾਈਡ ਜ਼ਿਪ, ਜੋ ਤੁਸੀਂ ਬਹੁਤ ਜ਼ਿਆਦਾ ਕਮੈਂਟ ਕੀਤੇ ਹੋਏ ਸੀ ਰੀਲਸ ਤੇ, ਵੀਡੀਓਜ਼ ਤੇ, YouTube ਚੈਨਲ ਤੇ। ਮਤਲਬ ਮੇਰੀ ਹਰੇਕ ਵੀਡੀਓ ਦੇ ਥੱਲੇ ਤੁਸੀਂ ਇਹੀ ਕਮੈਂਟ ਲਿਖਦੇ ਹੋ ਵੀ ਦੀਦੀ ਤੁਸੀਂ ਸਾਈਡ ਜ਼ਿਪ ਲਗਾਈ ਹੋਈ ਹੈ, ਤੁਸੀਂ ਆਪਣੀ ਸਾਈਡ ਜ਼ਿਪ, ਕਿਉਂਕਿ ਮੋਸਟਲੀ ਮੈਂ ਬੈਕ ਨੈਕ ਡੀਪ ਪਾਉਂਦੀ ਹਾਂ ਜ਼ਿਆਦਾਤਰ, ਤਾਂ ਮੈਂ ਬੈਕ ਤੇ ਮਤਲਬ ਪੂਰਾ ਮੇਰਾ ਬੈਕ ਆਉਂਦਾ, ਤਾਂ ਬੈਕ ਤੇ ਜ਼ਿਪ ਲਗਾਉਣ ਵਾਸਤੇ ਜਗ੍ਹਾ ਨਹੀਂ ਵੱਧਦੀ ਤੇ ਉੱਦਾਂ ਵੀ ਵਧੀਆ ਨਹੀਂ ਲੱਗਦਾ, ਹਨਾ, ਡਿਜ਼ਾਈਨਿੰਗ ਥੋੜ੍ਹਾ ਜਿਹਾ ਵਧੀਆ ਨਹੀਂ ਲੱਗਦਾ, ਖਰਾਬ ਹੋ ਜਾਂਦਾ ਹੈ। ਸੋ ਮੈਂ ਕੀ ਕਰਦੀ ਆਪਣੀ ਸਾਈਡ ਜ਼ਿਪ ਲਗਾਉਂਦੀ ਹੁੰਦੀ ਹਾਂ ਹਮੇਸ਼ਾ, ਕਿਉਂਕਿ ਮੇਰੀ ਫਿਟਿੰਗ ਇੱਦਾਂ ਬਿਨਾਂ ਜ਼ਿਪ ਤੋਂ ਨਹੀਂ ਆਉਂਦੀ। ਸੋ ਅੱਜ ਤੁਹਾਡੇ ਲਈ ਸਪੈਸ਼ਲੀ ਆ ਰਿਹਾ ਸਾਈਡ ਜ਼ਿਪ, ਤਾਂ ਪਲੀਜ਼ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਵੀ ਕਰ ਦਿਆ ਕਰੋ, ਕਿਉਂਕਿ ਕਮੈਂਟ ਨਾਲ ਮੈਨੂੰ ਪਤਾ ਚੱਲ ਜਾਂਦਾ ਵੀ ਤੁਹਾਡਾ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ, ਕੀ ਨਹੀਂ ਚਾਹੁੰਦੇ, ਹਨਾ, ਕਿਹੜੀ ਚੀਜ਼ ਦੀ, ਕਿਸ ਟੌਪਿਕ ਤੇ ਆਪਾਂ ਵੀਡੀਓਜ਼ ਲੈ ਕੇ ਆਈਏ। ਚਲੋ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ, ਆਪਾਂ ਵੀਡੀਓ ਸਟਾਰਟ ਕਰਦੇ। ਸਾਈਡ ਜ਼ਿਪ ਆਪਾਂ ਕਿੱਦਾਂ ਲਗਾਉਂਦੇ ਆ, ਬਹੁਤ ਜ਼ਿਆਦਾ ਤੁਹਾਡੇ ਕਮੈਂਟ ਆ ਰਹੇ ਸੀ, ਸੋ ਇਸ ਲਈ ਮੈਂ ਵੀਡੀਓਜ਼ ਲੈ ਕੇ ਆਈ ਹਾਂ। ਆਪਾਂ ਨੇ ਹੁਣ ਕੀ ਕਰਨਾ ਹੈ, ਦੇਖੋ ਮੈਨੇ ਸਾਈਡ ਤੇ ਇੰਨੀ ਕੁ ਸੀਨ ਮਾਰੀ ਹੈ 4 ਇੰਚ ਦੀ, ਹਨਾ, 4 ਵੀ ਨਹੀਂ ਮੈਕਸਿਮਮ, ਹਨਾ, 3.5 ਇੰਚ ਦੀ ਮੈਂ ਇੱਥੋਂ ਸਿਲਾਈ ਮਾਰੀ ਆ ਤੇ ਆ ਨਿਸ਼ਾਨ ਲੱਗਿਆ ਹੋਇਆ ਦੇਖੋ। ਇਦਾਂ ਹੀ ਮੈਂ ਆਪਣੀ ਜ਼ਿਪ ਨੂੰ ਨਾਪ ਲੂੰਗੀ ਵੀ ਕਿੱਦਾਂ ਆ, ਕਿੰਨੀ ਕੁ ਹੈ, ਤੇ ਮੈਂ ਹੁਣ ਇੱਥੋਂ ਸਿਲਾਈ ਕਰਨਾ ਸ਼ੁਰੂ ਕਰੂੰਗੀ ਵੀ ਇੰਨਾ ਕੁ ਤਾਂ ਗੈਪ ਰੱਖੂੰਗੀ ਨਾ, ਤਾਂ ਹੀ ਆਪਣਾ ਸਾਈਡ ਸੀਨ ਲਗਾਉਣ ਦਾ ਫਾਇਦਾ ਹੈ ਵੀ ਫਿਟਿੰਗ ਆਪਣੇ ਪ੍ਰੋਪਰ ਆਵੇ। ਸੋ ਮੈਂ ਹੁਣ ਕੀ ਕਰਾਂਗੀ, ਇਦਾਂ ਕਰਕੇ ਇਹਨੂੰ ਇਹਨੂੰ ਵੀ ਇੱਥੇ ਤੱਕ ਹੀ ਸਟਿਚ ਕਰ ਲਾਂਗੀ ਜਿੱਥੇ ਆਪਣੀ ਹਿੱਪ ਦਾ ਨਿਸ਼ਾਨ ਹੈ, ਠੀਕ ਹੈ। ਇੰਨੀ ਜਗ੍ਹਾ 'ਚ ਆਪਣੀ ਜ਼ਿਪ ਆਏਗੀ, ਤਾਂ ਮੈਂ ਇੱਥੇ ਇਹਨੂੰ ਪੱਕਾ ਕਰ ਦੂੰਗੀ। ਹੁਣ ਆਪਾਂ ਨੇ ਕੀ ਕਰਨਾ ਆ, ਬਹੁਤ ਛੋਟੀ ਵੀਡੀਓ ਆ, ਬਸ ਇਹਦੇ 'ਚ ਇੱਦਾਂ ਹੈ ਵੀ ਤੁਹਾਨੂੰ ਪ੍ਰੋਪਰਲੀ ਪਤਾ ਲੱਗ ਜਾਏ ਵੀ ਆਪਾਂ ਕੀ ਕਰਨਾ ਆ। ਹੁਣ ਦੇਖੋ ਮੈਨੇ ਜੋ ਮਾਰਕ ਲਗਾ ਰੱਖਿਆ, ਮੈਂ ਸੇਮ ਉੱਦਾਂ ਹੀ ਰਾਈਟ ਸਾਈਡ ਜੋ ਆਪਣਾ ਉਧਰ ਵੀ ਇੱਦਾਂ ਹੀ ਉਤਾਰ ਲਾਂਗੀ ਇਹਨੂੰ, ਠੀਕ ਹੈ। ਇੱਦਾਂ ਇਹਨੂੰ ਵੀ ਸੇਮ ਪ੍ਰੋਸੈਸ ਇੱਦਾਂ ਯੂਜ ਕਰੂੰਗੀ ਮੈਂ, ਉੱਦਾਂ ਹੀ ਨਿਸ਼ਾਨ ਲਗਾਉਂਗੀ ਇਸ ਸਾਈਡ ਵੀ ਤੇ ਉਸ ਸਾਈਡ ਵੀ, ਠੀਕ ਹੈ। ਇੱਥੋਂ ਵੀ ਆਪਾਂ ਨੇ ਇੱਦਾਂ ਹੀ ਕਰਨਾ ਆ, ਇੱਦਾਂ ਤੇ ਇੱਦਾਂ। ਦੇਖੋ ਹੁਣ ਮੇਰਾ ਨਾ ਮਾਰਕ ਰਾਈਟ ਸਾਈਡ ਤੇ ਆ ਗਿਆ। ਹੁਣ ਆਪਾਂ ਨੇ ਕੀ ਕਰਨਾ ਆ, ਬਿਲਕੁਲ ਈਜ਼ੀ ਆ। ਜੇ ਤੁਸੀਂ ਜ਼ਿਪ ਵਾਲਾ ਹੁੰਦਾ ਹੈ ਨਾ, ਮਤਲਬ ਫੁੱਟ ਹੁੰਦਾ ਹੈ ਇੱਕ ਸਾਈਡ ਵਾਲਾ, ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ। ਜੇ ਤੁਸੀਂ ਇੱਦਾਂ ਯੂਜ਼ ਕਰਨਾ, ਮੈਂ ਤਾਂ ਨੋਰਮਲ ਹੀ ਲਗਾਉਂਦੀ ਹਾਂ, ਮੈਂ ਕੋਈ ਫੁੱਟ ਵਗੈਰਾ ਯੂਜ਼ ਨਹੀਂ ਕਰਦੀ। ਦੇਖੋ ਜ਼ਿਪ ਨੂੰ ਆਪਾਂ ਇੱਦਾਂ ਹੀ ਉਤਾਰਾਂਗੇ, ਮੈਂ ਇਹ ਰਾਈਟ ਸਾਈਡ ਆਪਣਾ ਇਹਨੂੰ ਮੈਂ ਪਲਟ ਲੂੰਗੀ ਮੈਂ ਇੱਦਾਂ, ਠੀਕ ਹੈ। ਇੱਦਾਂ ਪਲਟ ਕੇ ਇੱਕ ਸਾਈਡ ਇੱਧਰ ਰੱਖ ਲਾਂਗੀ ਮੈਂ ਇਹਨੂੰ, ਇਸੇ ਜਸਟ ਕੀ ਕਰੂੰਗੀ ਮੈਂ, ਬਿਲਕੁਲ ਹੀ ਇੱਦਾਂ ਰੱਖ ਕੇ ਇਹਨੂੰ ਬਸ ਬਿਲਕੁਲ ਸਾਈਡ ਸਾਈਡ ਤੇ, ਮਤਲਬ ਤੁਹਾਨੂੰ ਮੈਂ ਦਿਖਾਉਂਦੀ ਹਾਂ। ਦੇਖੋ ਜਿੱਦਾਂ ਇਹ ਫੋਲਡ ਹੋਈ ਹੋਈ ਆ, ਫੋਲਡ ਹੋਈ ਹੋਈ ਹੈ ਜ਼ਿਪ, ਮੈਨੇ ਕੀ ਕਰਨਾ ਹੈ ਉਹਨੂੰ ਇੱਦਾਂ ਇਹਦੀ ਫੋਲਡਿੰਗ ਖੋਲ ਲੈਣੀ ਆ। ਦੇਖੋ ਖੋਲ ਲਈ ਨਾ, ਠੀਕ ਹੈ। ਬਸ ਜਸਟ ਆਪਾਂ ਨੇ ਇੱਦਾਂ ਹੀ ਦੋਨੋਂ ਸਾਈਡ ਇੱਦਾਂ ਹੀ ਜ਼ਿਪ ਲਗਾਉਣੀ ਆ। ਦੇਖੋ ਉਹ ਜਿਹੜਾ ਹਲਕਾ ਜਿਹਾ ਫੋਲਡ ਹੋਇਆ ਹੋਇਆ ਉਹ ਖੋਲ ਰਹੇ, ਯਾਦ ਰੱਖਿਓ ਵੀ ਆਪਣੀ ਜਿਹੜੀ ਜ਼ਿਪ ਆ ਉਹਦੇ ਤੇ ਸਟਿਚ ਨਾ ਆਵੇ, ਕਿਉਂਕਿ ਫਿਰ ਆਪਣੀ ਜ਼ਿਪ ਲੱਗਣੀ ਨਹੀਂ ਹੈਗੀ ਪ੍ਰੋਪਰਲੀ ਤੁਹਾਡੀ, ਤਾਂ ਤੁਹਾਨੂੰ ਫਿਰ ਦਿੱਕਤ ਆਏਗੀ। ਸੋ ਇੱਥੇ ਤੱਕ ਹੀ ਆਪਣਾ ਜ਼ਿਪ ਲਗਾ ਲਿਆ, ਦੇਖੋ, ਠੀਕ ਹੈ। ਹੁਣ ਇਹ ਮੇਰਾ ਇੱਕ ਸਾਈਡ ਜ਼ਿਪ ਲੱਗ ਗਿਆ, ਮੈਂ ਤੁਹਾਨੂੰ ਲਗਾ ਕੇ ਦਿਖਾਉਂਦੀ ਹਾਂ ਇਹਨੂੰ ਇੱਕ ਵਾਰ ਆਪਾਂ। ਮੈਂ ਹੁਣ ਮੈਨੂੰ ਪਤਾ ਨਹੀਂ ਵੀ ਹਨਾ ਮੇਰੀ ਸਟਿਚ ਕਿਤੇ ਉਹਦੇ ਤੇ ਨਾ ਗਈ ਹੋਵੇ, ਜ਼ਿਪ ਤੇ ਨਾ ਗਈ ਹੋਵੇ, ਮਤਲਬ ਆਹ ਦੰਦੇ ਨੇ ਜੋ ਇਹਨਾਂ ਤੇ ਨਾ ਗਈ ਹੋਵੇ, ਤਾਂ ਮੈਂ ਇੱਕ ਵਾਰ ਇਹਨੂੰ ਬੰਦ ਕਰਕੇ ਦੇਖੂੰਗੀ। ਦੇਖੋ ਇਜ਼ੀ ਬੰਦ ਹੋ ਰਹੀ ਆ, ਮਤਲਬ ਬਿਲਕੁਲ ਜ਼ਿਪ ਸਹੀ ਲੱਗੀ ਆ, ਠੀਕ ਹੈ। ਇਹ ਥੋੜੀ ਜਿਹੀ ਨੈੱਟ ਵਾਲੀ ਜ਼ਿਪ ਆ, ਇੱਕ ਫੈਬਰਿਕ ਵਾਲੀ ਜ਼ਿਪ ਹੁੰਦੀ ਆ ਉਹ ਜ਼ਿਆਦਾ ਬੈਸਟ ਆ, ਉਹਦੇ ਨਾਲ ਫਿਨਿਸ਼ਿੰਗ ਬਹੁਤ ਜ਼ਿਆਦਾ ਆਉਂਦੀ ਆ। ਆਪਾਂ ਸੇਮ ਪ੍ਰੋਸੈਸ ਇਸੀ ਸਾਈਡ ਵੀ ਸਟਾਰਟ ਕਰਾਂਗੇ। ਦੇਖੋ ਦੂਜੀ ਸਾਈਡ ਵੀ ਆਪਾਂ ਕੀ ਕਰਨਾ, ਇੱਦਾਂ ਹੀ ਸੇਮ, ਦੇਖੋ ਸੇਮ ਆ, ਉੱਪਰ ਨੀਚੇ ਨਾ ਹੋ ਜਾਏ, ਕਿਉਂਕਿ ਫਿਰ ਤੁਹਾਡੀ ਜ਼ਿਪ 'ਚ ਨਾ ਬਲ ਪੈ ਜਾਏਗਾ, ਪ੍ਰੋਪਰਲੀ ਲੱਗੇਗੀ ਨਹੀਂ। ਤਾਂ ਦੇਖੋ ਇਵੇਂ ਮੈਨੇ ਦੀ ਫੋਲਡਿੰਗ ਇੱਦਾਂ ਕੱਢ ਲਈ ਆ ਇੱਦਾਂ। ਜੇ ਤੁਸੀਂ ਚਾਹੋ ਤਾਂ ਇੱਕ ਸਾਈਡ ਜ਼ਿਪ ਵੀ ਯੂਜ਼ ਕਰ ਸਕਦੇ ਹੋ, ਬਟ ਮੇਰੇ ਤੋਂ ਤਾਂ ਪਤਾ ਨਹੀਂ ਕਿਉਂ ਉਵੇਂ ਲੱਗਦੀ ਨਹੀਂ ਆ, ਮੇਰੇ ਤੋਂ ਇੱਦਾਂ ਹੀ ਲੱਗਦੀ ਆ। ਸੋ ਦੇਖੋ ਮੇਰਾ ਨਿਸ਼ਾਨ ਮੈਨੂੰ ਸ਼ੋ ਹੋ ਰਿਹਾ, ਤਾਂ ਮੈਂ ਨਿਸ਼ਾਨ ਤੇ ਹੀ ਜ਼ਿਪ ਲਗਾਉਂਦੀ ਰਹਾਂਗੀ, ਜਿਵੇਂ ਮੈਂ ਇਸ ਸਾਈਡ ਵੀ ਮੈਂ ਨਿਸ਼ਾਨ ਤੇ ਹੀ ਜ਼ਿਪ ਲਗਾਈ ਆ, ਜਿੱਦਾਂ ਆਪਣੀ ਫਿਟਿੰਗ ਦਾ ਨਿਸ਼ਾਨ ਆਇਆ ਹੋਇਆ ਸੀਗਾ ਉਸੀ ਸਾਈਡ ਮੈਂ ਜ਼ਿਪ ਯੂਜ਼ ਕੀਤੀ ਆ। ਸੋ ਇੱਦਾਂ ਦੇਖੋ ਮੈਨੂੰ ਫੀਲ ਹੋਇਆ ਵੀ ਇਸ ਸਾਈਡ ਮੇਰਾ ਥੋੜਾ ਜਿਹਾ ਫੁੱਟ ਨਾ ਜ਼ਿਪ ਤੇ ਚੜਿਆ ਆ, ਆਪਾਂ ਨੂੰ ਮਤਲਬ ਪਤਾ ਲੱਗ ਜਾਏਗਾ ਜੇ ਆਪਣੀ ਜ਼ਿਪ। ਬਾਕੀ ਮੈਂ ਲਗਾ ਕੇ ਦੇਖ ਲਾਂਗੀ, ਜਿੱਥੋਂ ਥੋੜਾ ਜਿਹਾ ਉੱਪਰ ਚੜ ਗਿਆ ਹੋਏਗਾ ਉੱਥੋਂ ਮੈਂ ਉਧੇੜ ਕੇ ਉਹਨੂੰ ਸੈੱਟ ਕਰਾਂਗੀ,
बट पहले एक बार मैं प्रोपरली सारी लगा ला। लगाओ तुसी, तेज नहीं लगती जिप, हौली हौली लगाओगे तो ज्यादा बेस्ट रहूगा। मेरा दो तीन था मेरे तो चढ़ गया पैर दे, पता नहीं मैं उदा ही लग गया। बाकी मैं ट्राई करके देखूंगी, इन ओपन करके देखूंगी। इस साइड तो दिक्कत आती है मेनू, बहुत आती है, शायद तुहानू ना आवे बट मैनू इस साइड तो आती है थोड़ी जी। हुण मैं बंद करके देखूंगी, जे ये बंद नहीं ही हुई मतलब मेरी जिप च दिक्कत है तो मैं उतो ही जिथे हल्का जहा टाइट रहेगा मतलब नहीं चढ़ेगा। सही आ, बिलकुल सही आ। सो नहीं मैनू उदा ही लग्या, प्रॉपर ही चढ़ी है जिप। मैं तुहानू राइट साइड तो दिखा देव, ताही मैं ऑन कैमरा ही लगा के दिखाया। मैंने इदा सी भी जो दिक्कत आएगी भी तुहानू इजली पता लग जाएगा। देखो राइट साइड अपना इदा आ जाएगा, यह हल्की जी अपनी जिप शो हो रही है बट जो मैं तुहानू कहा ना फैब्रिक वाली वह बिल्कुल भी नहीं पता लगती भी कितने लगी हुई है कि नहीं लगी। देखो मेरी जिप इदा लग गई है, आप इन्हें प्रेस करा उपर बिल्कुल भी पता नहीं लगेगा। देखो जिप आ साइड, आप बैक से हम मेरे डीप होंगे रहे, मैं बैक से जिप लगाऊंगी ओवर लगेगा तो सब मैं साइड से जरूर लगाऊंगी क्योंकि मेरी फिटिंग च की दिक्कत आ, मेरी ब्रेस्ट हैगी है बट मेरी कमर स्लिम है तो करके मैं थोड़ी जी फिटिंग च दिक्कत आती है, मैं जिप लगानी ही पैंती है सूट से। सो ये अपना तरीका है, हम अपने इन पक्का करना है। जस्ट ये तो आप एक बार खोल के देखा सी भी प्रॉपर जिप लग रही है या नहीं लग रही है ना। हूँ आप करा जिथो अपना एंड होया जिप का उतो आप इदा करके पक्का करा इदा। ठीक है, सेम प्रोसैस आप जिथो अपनी स्टार्टिंग सी जिप की इतने सेम प्रोसैस ना आप भी लॉक कर देंगे। ये अपना लॉक हो जाता है तो बाद ही होंगे भी जिप ना दिड़े ना इस साइड तो कपड़ा दिड़े अपना। हुण यही प्रोसैस आपने इतने यूज करना है। तो हुण जिहड़ी अपनी एक्सट्रा जिप आ नीचे साइड तो है ना जिसी साइड तो उदा मैं इदा कपड़ा फोल्ड करके इन पक्का लॉक कर दी हूँ क्योंकि कई बार की होंदा है जिप आप चुभदी होंगी है तो जो आप इदा फैब्रिक अटैच कर दें तो वो आप कुछ भी चुभन वाला दिक्कत रहती नहीं हैगी। इदा देखो ठीक है, ये अपना इदा अटैच हो गया जो भी एक्सट्रा थ्रेड है ये बिल्कुल लॉक हो गया। मैं तुम्हें राइट साइड तो दिखाने भी कि लुक आएगी अपनी प्रॉपरली। तो देखो बिल्कुल भी नहीं पता लगता भी आप जिप लगाई आ, बिल्कुल ईजी आ, कोई दिक्कत नहीं आई होगी बिल्कुल मेरे कोई भी। बस एक चीज रखनी है भी जेडे दंदे ने ना जिप दे बस उससे अपनी सिलाई ना चढ़ जाए मतलब मशीन ना चढ़ जाए, अदरवाइज अपन कोई दिक्कत नहीं आती। सो अज की वीडियो इन्ना ही सीगा, आई होप तुहानू मेरी वीडियो पसंद आई होगी। साइड जिप ते जिन्ना भी मतलब मैनू इदा हुंदा है भी मैं तुहानू मेरे कोल जस्ट जिहड़ी बेस्ट जिप किहड़ी हुंदी है, बेस्ट जिप हुंदी है अपनी जिहड़े फैब्रिक दी हुंदी है मतलब नॉर्मल फैब्रिक दी, इह नेट फैब्रिक वाली इन्नी ज्यादा वधिया नहीं हुंदी हैगी मैनू जिथे तक है ना एक्सपीरियंस आ क्योंकि मैं अप मेरे सूट ते हरेक ते जिप लगदे तां मैनू ईजीली मतलब हरेक चीज का पता है भी है ना किन्नी किहड़ी वधिया ज्यादा रहिंदी है। तो ज्यादा मोस्ट तो यही वधिया रहूगी थोनू कि तुसी जिहड़ी फैब्रिक वाली जिप आ उह यूज करो, नैट वाली बहुत घट अवॉइड करो क्योंकि की हुंदा आ इहदे नाल इहनी फिनिशिंग नहीं आती बट जिहड़ी आपां दूजी फैब्रिक वाली जिप यूज करदे उहनाल फिनिशिंग बहुत ज्यादा वधिया आती है। तो मैनू भी हुण इदा है भी मैं तुसी कहोगे भी दीदी सानू इदा कहना तुसी जिप दूजी यूज कर रहे हो क्योंकि मोस्टली मेरा आइडिया इदा ही बनया चटपट जिहा बनया भी मैं तुहाडे लई वीडियोज लेके आवां है ना, बट मेरे को जिप नैट वाली सी फैब्रिक वाली नहीं सी तो मैं इदा है भी चलो मैं तो ही तुम्हें दिखा दा। प्लीज जो तुम मेरी वीडियो वधिया लगी हुई तो मेरी वीडियो में लाइक शेयर कमेंट जरूर कर दो, जो तुम मेरे चैनल पर नवे तो प्लीज मेरे चैनल सब्सक्राइब कर दो। थैंक यू सो मच।